ਸਤਿ ਸ਼੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ। ਅਸੀਂ ਇਸ ਟਾਈਮ ਰਾਏਕੋਟ ਖੜ੍ਹੇ ਹਾਂ ਜੀ, ਗੁਰਦੁਆਰਾ ਸਾਹਿਬ ਟਾਹਲੀਆਣਾ ਸਾਹਿਬ ਦੇ ਬਿਲਕੁਲ ਬਾਹਰ ਗੇਟ 'ਤੇ ਤੁਸੀਂ ਸਾਹਮਣੇ ਦੇਖ ਰਹੇ ਹੋ। ਅਤੇ ਇੱਥੇ ਇੱਕ ਬਾਬਾ ਜੀ ਨੇ ਜੀ, ਨਿਹੰਗ ਸਿੰਘ, ਉਹ ਇੱਥੇ ਜੂਸ ਦੀ ਰੇਹੜੀ ਵੀ ਲਾਉਂਦੇ ਨੇ ਅਤੇ ਨਾਲ ਸਰਦਈ ਤਿਆਰ ਕਰਕੇ ਪਿਆਉਂਦੇ ਨੇ, 50 ਰੁਪਏ ਦਾ ਗਲਾਸ, ਜਿਹਦੇ ਵਿੱਚ ਪੂਰੇ ਬਦਾਮ ਬਦੂਮ ਸਾਰਾ ਸਮਾਨ ਪਾਇਆ ਹੁੰਦਾ, ਖਸਖਸ, ਕਾਲੀ ਮਿਰਚ, ਗੁਲਾਬ ਦੇ ਫੁੱਲ। ਅਤੇ ਮੇਨ ਜਿਹੜੀ ਗੱਲਬਾਤ ਕਰਨੀ ਆ ਉਹ ਆ ਜਾਓ ਆਪਾਂ ਬਾਬਾ ਜੀ ਨਾਲ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਤਰੋ, ਤੁਹਾਨੂੰ ਮੈਂ ਦੱਸਦਾ, ਇਹ ਬਾਬਾ ਜੀ ਮੇਰੇ ਪੁਰਾਣੇ ਮਿੱਤਰ ਨੇ, ਕਿ ਪਿਛਲੇ ਕਈ ਸਾਲਾਂ ਤੋਂ ਮੈਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਪਾਈ ਸੀ ਜਿਹੜੀ ਮਿਲੀਅਨ ਲੋਕਾਂ ਨੇ ਦੇਖੀ ਸੀ। ਉਸ ਤੋਂ ਬਾਅਦ ਇਹਨਾਂ ਕੋਲ ਅਗਰੀ ਦਾ ਮੀਡੀਆ ਪਹੁੰਚ ਗਿਆ ਸੀ, ਹੈ ਨਾ ਬਾਬਾ ਜੀ? 7 ਵਜੇ ਨੇ ਸਾਰੇ ਪੰਜਾਬ ਜੋ ਹੈ ਸਾਰੇ ਦੇਸ਼ 'ਚ। ਅਤੇ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ, ਜਿੰਨੇ ਵੀ ਇਸ ਰੋਡ ਤੋਂ ਲੰਘਦੇ ਆ, ਠੀਕ ਹੈ, ਗਰਮੀ ਦੀ ਰੁੱਤ ਹੈ, ਬਾਬੇ ਤੋਂ ਸਰਦਈ ਜ਼ਰੂਰ ਪੀ ਕੇ ਜਾਇਓ। ਸਿਰਾ ਲਾਉਂਦੇ ਨੇ, ਪੂਰਾ ਸਾਰਾ ਸਮਾਨ ਪਾ ਕੇ, ਬਹੁਤ ਵਧੀਆ। ਇਹ ਇਹ ਇਹਨਾਂ ਦੀ ਜਿਹੜੀ ਖਾਸੀਅਤ ਦੱਸਾਂ ਇਹਨਾਂ ਦੀ, ਕੀ ਜਿਵੇਂ ਆਪਾਂ ਕਹਿ ਦਈਏ ਕੁਰਬਾਨੀ ਲਾ ਲਓ, ਕੁਰਬਾਨੀ ਕਹਿ ਦਈਏ, ਇਹ ਬਾਬਾ ਜੀ ਬੰਬੇ ਜੋਬ ਕਰਦੇ ਸੀਗੇ, ਹੈ ਨਾ ਬਾਬਾ ਜੀ? ਜੀ ਜੀ, ਫਿਲਮ ਲੈਂਡ ਦੇ ਵਿੱਚ ਡਰਾਈਵਰੀ ਕਰਦੇ ਸੀ। ਹਾਂਜੀ, ਡਰਾਈਵਰ ਸੀ। ਐਕਟਰਾਂ ਦੇ ਜਾਂ ਡਾਇਰੈਕਟਰਾਂ ਦੇ? ਡਾਇਰੈਕਟਰ ਦੇ। ਡਾਇਰੈਕਟਰ ਦੇ ਡਰਾਈਵਰ ਸੀ ਜਦੋਂ ਕਿਸਾਨੀ ਮੋਰਚਾ ਲੱਗਿਆ ਸੀਗਾ, ਤੇ ਅਜੇ ਦੇ ਬਕਾਨੇ ਦੀ ਗੱਡੀ ਘੇਰੀ ਸੀ ਤੁਸੀਂ, ਹੈ ਨਾ? ਆਪਾਂ ਹੀ ਘੇਰੀ ਸੀ ਜੀ। ਤੁਹਾਨੂੰ ਜਾਣਦਾ ਵੀ ਸੀ ਉਹ, ਨਾ? ਹਾਂਜੀ ਹਾਂਜੀ। ਤੇ ਉਹ ਕੀ ਗੁੱਸਾ ਸੀ, ਕਾਹਤੋਂ ਘੇਰੀ ਸੀ ਜੀ? ਗੁੱਸਾ ਇਹੀ ਆਪਣਾ ਕਿਸਾਨੀ ਮੋਰਚੇ ਦੇ ਵਿੱਚ ਸੀਗਾ ਪਹਿਲਾਂ। ਹਾਂ, ਇਹ ਸਰਕਾਰਾਂ ਸਾਥ ਦਿੰਦੇ ਸੀਗੇ, ਕਹਿੰਦੇ ਪੰਜਾਬ ਵਾਲੇ ਗਲਤ ਆ, ਕਿਸਾਨ ਗਲਤ ਆ, ਸਰਕਾਰਾਂ ਸਹੀ ਆ। ਟਵੀਟਾਂ ਕਰਦੇ, ਟਵੀਟਾਂ ਕਰਦੇ ਸੀਗੇ ਇਹ। ਹਾਂ, ਜਿੱਦੇ ਸਾਹਮਣੇ ਕੋਈ ਗੱਲ ਪੁੱਛੀ ਉਹਦੇ ਫਿਰ ਕੋਈ ਜਵਾਬ ਨਾ ਆਵੇ ਇਹਨਾਂ ਨੂੰ, ਜਮਾ ਰੋਕ ਗਿਆ ਸੀ, ਹੈ ਨਾ? ਜਿਹਦੇ ਤੁਸੀਂ ਵੀਡੀਓ ਪਹਿਲਾਂ ਦੇਖੀ ਹੋਣੀ ਆ, ਕੀ ਕਹਿੰਦਾ ਫਿਰ, ਕੀ ਗੱਲਬਾਤ ਹੋਈ? ਪਹਿਲਾਂ ਗੱਡੀ ਬੈਠਾ ਹੱਥੀ ਜੋੜਦਾ ਸੀਗਾ, ਉਰੇ ਆ ਜਾ ਗੱਲ ਕਰ ਲਾ ਮੇਰੇ ਨਾਲ, ਪਰ ਉਦੋਂ ਬਾਅਦ ਤੁਹਾਨੂੰ ਪਤਾ ਸਾਰਾ ਪਹਿਲਾਂ ਚੱਲ ਹੀ ਗਿਆ ਸੀ। ਉਦੋਂ ਬਾਅਦ ਸਾਰਿਆਂ ਟਵੀਟਾਂ ਬੰਦ ਹੋ ਗਈਆਂ, ਇਹਨੂੰ ਸਿਕਿਉਰਿਟੀ ਮਿਲ ਗਈ ਇਹਨੂੰ। ਮਿੱਤਰੋ, ਮੈਂ ਬੇਨਤੀ ਤਾਂ ਕਰਦਾ, ਬਾਬਾ ਜੀ ਬੰਬੇ ਜੋਬ ਕਰਨੀ ਬਹੁਤ ਵੱਡੀ ਗੱਲ ਆ, ਤੇ ਫਿਰ ਛੱਡਣੀ, ਇਹਨਾਂ ਨੇ ਬੰਬੇ ਡਾਇਰੈਕਟਰ ਦੀ ਗੱਡੀ ਚਲਾਉਂਦੇ ਸੀ, ਉਹ ਛੱਡ ਕੇ ਕਿਸਾਨੀ ਮੋਰਚੇ ਕਰ ਰਹੇ, ਇਹਨਾਂ ਨੂੰ ਉੱਥੋਂ ਕਹਿਤਾ ਵੀ ਜਾਓ ਬਾਬਾ ਜੀ, ਅਸੀਂ ਨਹੀਂ ਤੁਹਾਨੂੰ ਰੱਖਣਾ, ਤੇ ਇਹਨਾਂ ਦੇ ਉੱਥੋਂ ਜੋਬ ਛੁੱਟ ਗਈ। ਤੇ ਹੁਣ ਇਹ ਆਪਦੀ ਇੱਥੇ ਕਿਰਤ ਕਰਦੇ ਨੇ, ਨਾਲ ਜੂਸ ਦੀ ਰੇਹੜੀ ਲਾਉਂਦੇ ਨੇ, ਤੇ ਇਹ ਸਰਦਾਈ ਪਲਾਉਂਦੇ ਨੇ। ਆਹ ਦੇਖੋ ਬਾਈ, ਹੁਣ ਪੀ ਜਾਂਦੇ ਆ, ਸਾਰੇ ਪੀਂਦੇ ਆ। ਤੇ ਬਾਬਾ ਜੀ ਕੀ ਕੁਛ ਪਾਉਣੇ ਇਹਦੇ ਵਿੱਚ? ਇਹ 'ਚ ਬਦਾਮ, ਖਾਸਾ ਦਮਾਗ, ਇਲਾਚੀ, ਕਾਲੀ ਮਿਰਚ, ਗੁਲਾਬ ਦੇ ਫੁੱਲ, ਸੌਂਫ, ਅਜਵਾਇਣ, ਫਿਰ ਨਵਾਂ ਇਹ 'ਚ ਮਿਸ਼ਰਣ ਬਣਾਈ ਸ਼ੱਕਰ ਦਾ, ਸ਼ੱਕਰ ਪਾਉਣੇ ਖਾਣ ਦੀ ਜਗ੍ਹਾ। ਤੇ ਬਾਬਾ ਜੀ ਵਿੱਚ ਲੋਕਾਂ ਨੂੰ ਵਹਿਮ ਹੁੰਦਾ ਵੀ ਪਤਾ ਨਹੀਂ ਇਹਦੇ ਵਿੱਚ ਕੋਈ ਨਸ਼ਾ ਹੋਊਗਾ, ਇਹ ਹੋਊਗਾ, ਉਹ ਮਾੜਾ ਜਿਹਾ ਦੱਸੋ ਕਿਰਾ। ਅਸੀਂ ਸੁੱਖਾ ਨਹੀਂ ਕਹਿਣ ਦਿੰਦੇ, ਸੁੱਖਾ ਹੀ ਆਪ ਰਗੜਾ ਪਾਉਂਦੇ, ਆਪਦਾ ਗਾੜਾ ਜ਼ਰੂਰ ਛਕਦੇ ਬਾਟੇ ਭਰ ਕੇ। ਹਾਂ, ਪਰ ਕਿਸੇ ਸੰਗਤ ਨੂੰ ਨਹੀਂ ਛਕਾਉਂਦੇ, ਇਹ ਸੰਗਤ ਦੇ ਡਿਮਾਂਡ ਦੀ ਸ਼ੁਰੂ ਕੀਤੀ, ਆਪਾਂ ਪਹਿਲਾਂ ਲਾਉਂਦੇ ਨਹੀਂ। ਹਾਂ, ਕਿਉਂ ਬਾਈ, ਕਿਵੇਂ ਸਵਾਦ ਹੈ? ਸੁੱਕਾ ਸੱਕਾ ਤਾਂ ਨਹੀਂ ਨਾ? ਇਹ ਵਿੱਚ ਲੋਕਾਂ ਨੂੰ ਵਹਿਮ ਹੈ, ਇਹ ਡੇਲੀ ਪੀਣ ਆਉਂਦੇ ਬੰਦੇ ਆਪਣੇ ਕੋਲ, ਜਿਹੜਾ ਪੀ ਗਿਆ ਫਿਰ ਉਹ, ਹਾਂ, ਉਹੀ ਜਾਣਦਾ ਕੀ ਜੀ ਆ ਇਹ। ਹਾਂ, ਤੇ ਮੇਰਾ ਵੀਰ ਡੇਲੀ ਆਉਂਦੇ ਆ, ਆ ਬਾਈ ਵੀ ਡੇਲੀ ਆਉਂਦੇ ਆ। ਟਾਹਲੀਆਣਾ ਸਾਹਿਬ ਗੁਰੂ ਘਰ ਆਸ ਦੇ ਨਾਲ ਗੇਟ 'ਤੇ ਇਹਨਾਂ ਦਾ ਰੱਖਿਆ ਨੀਲੇ ਰੰਗ ਦਾ ਖੋਖਾ, ਜ਼ਰੂਰ ਪੀ ਕੇ ਜਾਇਓ ਬਾਬੇ ਦੀ, ਆਪਾਂ ਮਦਦ ਕਰੀਏ, ਹੈਲਪ ਕਰੀਏ, ਨਾਲੇ ਤਾਂ ਕਿਰਤ ਕਰਦੇ ਆਪਦੀ ਇਹ, ਆਪਾਂ ਤਾਂ ਪੀਣਾ ਹੀ ਪੀਣਾ, ਐਵੇਂ ਕੋਕਾਂ ਦਾ ਢਿੱਡ ਫੁਕੀ। ਆਪਣਾ ਇੱਕ ਮੋਰਚਾ ਵੀ ਹੋਇਆ ਸੀ ਇੱਥੇ, ਬੇਅਦਬੀ ਦਾ ਮਸਲਾ ਵਾ ਗੁਰੂ ਘਰ ਦੇ ਵਿੱਚ ਸੀਗਾ, ਇਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪੱਟਾ ਜਿਹਾ ਰੱਖ ਕੇ ਤੋਰਿਆ, ਤੇ ਉਲਟਾ ਪਰਚਾ ਮੇਰੇ ਤੇ ਪਾਤਾ, ਇਹਨਾਂ ਨੇ 300 ਤੇ 6 ਮਹੀਨੇ ਹੁਣੇ ਕੱਟ ਕੇ ਹੀ ਆਇਆ ਮੈਂ। ਅੱਛਾ, ਹਾਂ, ਇਹਨਾਂ ਨੇ ਪਰਚਾ ਝੂਠਾ ਕਰਾਇਆ ਹੋਇਆ ਮੇਰੇ ਤੇ ਇਹਨਾਂ ਨੇ। ਇਹ ਆ ਗੁਰੂ ਕੇ ਲਾਡਲੀਆਂ ਫੌਜਾਂ। ਅੱਛਾ, ਉਹ ਬਾਬਾ ਨੇ ਤੁਹਾਡੀ ਵੀਡੀਓ ਪਾਈ, ਕਿੰਨੀ ਤੁਹਾਨੂੰ ਸਾਰੇ ਪਹਿਣਾ ਵਾਹ ਵਾਹ ਮਿਲੀ, ਮੈਂ ਜਾ ਰਿਹਾ ਘਰ। ਚੈਨਲ ਕਿੰਨੇ ਆਏ ਸੀ ਬਾਈ? ਮੈਂ ਕਹਣਾ ਬਾ ਐਂ ਡੱਕਦੇ ਸੀ, ਲੈਕ ਟੱਕ ਟੱਕ ਹੀ ਹੁੰਦੀ ਸੀ ਲਾਈਕਾਂ ਦੇ ਤਾਂ। ਸਭ ਤੋਂ ਪਹਿਲਾਂ ਕੌਣ ਪਹੁੰਚਿਆ? ਸੇਵਾ ਵੀ ਆਈ ਬਾਈ, ਸੇਵਾ ਵੀ ਆਈ। ਸਭ ਤੋਂ ਪਹਿਲਾਂ ਕੌਣ ਪਹੁੰਚਿਆ? ਪਹਿਲਾਂ ਤੁਸੀਂ ਵੀਡੀਓ ਪਾਈਆਂ ਆ ਕੇ ਸਾਡੀਆਂ। ਠੀਕ ਹੈ, ਸਾਰਿਆਂ ਨੇ ਪਾਈਆਂ, ਬੜਾ ਧੰਨਵਾਦ ਕਰਦੇ ਹਾਂ ਵੀਰੇ ਤੁਹਾਡਾ ਸਾਥ ਦੇਣ ਦਾ। ਹਾਂ ਬਾਈ, ਸਰਦਾਈ ਜ਼ਰੂਰ ਪੀਓ, ਜੇ ਤੁਹਾਡੇ ਕੋਲ ਪੈਸੇ ਵੀ ਹੈ ਨਹੀਂ ਤਾਂ ਵੀ ਮੇਰਾ ਨਾਲ ਲੈ ਦਿਓ ਬਾਈ, ਉਹ ਤੋਂ ਬਾਬਾ ਪੈਸੇ ਨਹੀਂ ਮੰਗਦਾ ਬਾਈ, ਪੈਸੇ ਹੈ ਨਹੀਂ ਚਾਹੇ ਨਾ ਦਿਓ ਯਾਰ। ਹਾਂ,
ਬਸ ਇੱਕ ਪਿਆਰ ਹੀ ਫਤਿਹ ਬੁਲਾ ਰਹੇ ਤੇ ਗਲਾਸ ਡਿਸਪੋਜ਼ਲ ਗਲਾਸ ਵਰਤਦੇ ਆ। ਆ ਬਾਈ ਹੁਣ ਪੀ ਕੇ ਹਟੇ ਆ, ਕਹਿੰਦੇ ਸਿਰਾ ਲੱਗਿਆ ਪੈ ਜਾਵਾ, ਅਸੀਂ ਵੀ ਪੀ ਕੇ ਹਟੇ ਆ। ਤੇ ਬਾਬਾ ਜੀ ਇਹਨੂੰ ਕੀ ਕਹਿੰਦੇ ਨੁਗਦਾ? ਇਹਨੂੰ ਨੁਗਦਾ ਕਹਿੰਦੇ ਆ। ਇਹ ਫਿਰ ਹੁਣ ਇਸ ਤੋਂ ਬਾਅਦ ਕਿੱਥੇ ਇਹ ਚਲਾ ਦੇਣਾ ਜੀ? ਆਪਾਂ ਸਲੋਕ ਪੜ ਕੇ ਛੱਡ ਦੇਈਦਾ ਜੀ, ਸਲੋਕ ਪੜ ਕੇ ਐ ਮਾਰਨਾ। ਵਾਹ ਜੀ, ਆਇਆ ਮਲੇਸ਼ਾ ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਤੇਰਾ ਗੁਰ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ। ਪੱਟੀ ਤੇਰੀ ਮੇਜ਼ਖਾਨਾ ਤੇਰਾ ਖਰਾਬ, ਬੂਹੇ ਤੇਰੀ ਉਜਾੜ ਮਲ ਜਾਣਗੇ, ਝਾੜ ਸਿੰਘ ਚੰਨਗੇ ਸ਼ਿਕਾਰ, ਉਜਾੜ ਬਾਰਾ 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 ਕੋਹਦੀ ਚੌਵੀ 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 ਕੋਹਦਾ ਪੜਾ। ਨੁਗਦਾ ਨਿਰਮਲ ਹੋ ਜੇ ਛਨ ਮੇ ਕੁੜੀ ਸਿੱਗਾ ਦੇ ਮਾਨੂੰ ਭਾਵੇ, ਨਿਆਲ ਹੋ ਜਾਵੇ ਫਤਿਹ ਪਾਵੇ। ਸਤਿ ਨਹੀਂ ਮਿੱਤਰੋ, ਬੇਨਤੀ ਕਰਿਓ ਪ੍ਰਵਾਨ ਜ਼ਰੂਰ, ਆ ਬਾਬਾ ਜੀ ਦਾ ਨੰਬਰ ਉੱਪਰ ਚੱਲੀ ਜਾਂਦਾ ਜੇ ਸੰਪਰਕ ਕਰਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।